ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਵੀਰ ਪਸਾ ਭਰਾ ਸਾਰੇ ਲਾਈਵ ਹੋਏ ਆ, ਬਜ਼ੁਰਗ ਬੈਠੇ ਨੇ। ਕਿਸਾਨੀ ਮੁੱਦੇ ਜਿਹੜਾ ਕਿ ਮੋਦੀ ਨੇ ਬਿੱਲ ਪਾਸ ਕੀਤੇ ਨੇ, ਬੜੇ ਬੇਬੁਨਿਆਦ ਤੇ ਗਲਤ ਬਿੱਲ ਪਾਸ ਹੋਏ ਨੇ। ਇਹਨਾਂ ਨੂੰ ਕਹਿੰਦੇ ਨੇ ਆਰਡੀਨੈਂਸ ਬਿੱਲ। ਇਹਨਾਂ ਨੂੰ ਆਰਡੀਨੈਂਸ ਬਿੱਲ ਨਹੀਂ, ਅਸੀਂ ਇਹਨਾਂ ਨੂੰ ਨਾਮ ਦੇਣਾ ਹੈ ਆਰਡੀਐਕਸ ਬਿੱਲ। ਆਰਡੀਐਕਸ ਕਿਸਾਨਾਂ ਦੇ ਉੱਤੇ ਆਰਡੀਐਕਸ ਸੱਟਿਆ ਗਿਆ ਜੋ ਕਿ ਕਿਸਾਨਾਂ ਦੇ ਉੱਤੇ ਬਰੂਦ ਵਾਂਗੂ ਕੰਮ ਕਰੇਗਾ। ਛੋਟੇ ਲੈਵਲ ਦੇ ਜ਼ਿਮੀਂਦਾਰ ਜਿਵੇਂ ਕਿ 2-4-5 ਕਿੱਲਿਆਂ ਦੇ ਜ਼ਿਮੀਂਦਾਰ ਜਿਹੜੇ ਨੇ, ਉਹ ਤਾਂ ਖਤਮ ਹੀ ਹੋ ਗਏ ਸਮਝੋ ਕਿ ਉਹ ਬਰੂਦ ਦੇ ਵਿੱਚ ਬਲਾਸਟ ਹੋ ਗਏ ਨੇ ਇੱਕ ਤਰ੍ਹਾਂ ਦੇ, ਉਹ ਤਾਂ ਖਤਮ ਹੀ ਹੋ ਗਏ ਸਮਝੋ। ਜਿਹੜੇ ਥੋੜ੍ਹੇ ਸਹਿੰਦੇ ਪੈਂਦੇ ਜ਼ਿਮੀਂਦਾਰ ਨੇ, ਜਿਨ੍ਹਾਂ ਕੋਲ ਕਿੱਲੇ 10-15-20 ਨੇ, ਉਹ ਬੰਦੇ ਆਪਣੀ ਜ਼ਮੀਨ 'ਚ ਮਜ਼ਦੂਰ ਬਣ ਕੇ ਰਹਿ ਜਾਣਗੇ ਅਤੇ ਉਹਨਾਂ ਨੂੰ ਇਸ ਆਰਡੀਐਕਸ ਦਾ ਰੋਗ ਲੱਗੇਗਾ, ਕੈਂਸਰ ਵਾਂਗੂ। ਕੈਂਸਰ ਦੇ ਰੋਗ ਵਾਂਗੂ ਦਿਨ ਪਰ ਦਿਨ ਥੱਲੇ ਜਾਣਗੇ, ਇੱਕ ਦਿਨ ਉਹ ਵੀ ਖਤਮ ਹੋ ਜਾਣਗੇ ਦੂਜੇ ਛੋਟੇ ਕਿਸਾਨਾਂ ਵਾਂਗੂ। ਇਹ ਜਿਹੜਾ ਇਹਨਾਂ ਬਣਾਇਆ ਬਿੱਲ ਪਾਸ ਕੀਤਾ, ਬੜਾ ਹੀ ਗਲਤ ਬਿੱਲ ਪਾਸ ਕੀਤਾ। ਇਸ ਬਿੱਲ ਦੇ ਉੱਤੇ ਕਈ ਬਾਲੀਵੁੱਡ ਦੀਆਂ ਹਸਤੀਆਂ ਜਿਵੇਂ ਸਨੀ ਦਿਓਲ, ਕੰਗਨਾ ਰਨੌਤ, ਅਨੁਪਮ ਖੇਰ ਤੇ ਦਲੇਰ ਮਹਿੰਦੀ ਜਿਹੜੇ ਕਿ ਬੋਲਦੇ ਪਏ ਨੇ ਕਿ ਬਿੱਲ ਬੜਾ ਵਧੀਆ ਹੈ, ਜਿਨ੍ਹਾਂ ਨੂੰ ਕਿਸਾਨੀ ਬਾਰੇ ਪਤਾ ਨੀ, ਇਹ ਬੀਜੇਪੀ ਦੇ ਸਾਰੇ ਟੱਟੂ ਨੇ, ਵੱਡੇ ਵੱਡੇ ਕਰੋੜਾਂ ਦੇ ਮਹਿਲਾਂ ਚ ਰਹਿੰਦੇ ਨੇ। ਇਹਨਾਂ ਕੋਲ ਏਟੀਐਮ ਦੇ ਕਾਰਡ ਨੇ, ਜ਼ਿਮੀਂਦਾਰ ਦਾ ਏਟੀਐਮ ਇੱਕ ਆੜਤੀ ਹੈ ਜਿਹਦੇ ਤੋਂ ਆਪਣੇ ਬੱਚੇ ਦੀ ਫੀਸ ਭਰਦਾ, ਕੋਈ ਉਹਨੂੰ ਬਿਮਾਰੀ ਲੱਗਦੀ ਉਹਦਾ ਮਤਲਬ ਉਹ ਕਰਾਉਂਦਾ ਇਲਾਜ ਕਰਾਉਣ ਲਈ, ਲੜਕੀ ਦਾ ਵਿਆਹ ਕਰਨਾ, ਹਰ ਤਰ੍ਹਾਂ ਦਾ ਖਰਚਾ ਉਹਦਾ ਆੜਤੀ ਤੋਂ ਚੱਲਦਾ ਹੈ। ਤੇ ਆੜਤੀ ਨੂੰ ਉਮੀਦ ਹੁੰਦੀ ਹੈ ਕਿ ਜ਼ਿਮੀਂਦਾਰ ਦੀ ਫਸਲ ਆਏਗੀ, ਕਿੱਲੇ ਦੇ ਲੱਖ ਰੁਪਏ ਲੋਨ ਦਿੰਦੇ ਆ। ਹਾਂਜੀ, ਇੱਕ ਫਸਲ ਨੂੰ ਬੀਜਣ ਲਈ ਪਹਿਲਾਂ ਖਰਚਾ ਚਾਹੀਦਾ, ਉਹ ਖਰਚ ਆੜਤੀ ਦੇ ਸਕਦਾ, ਬੈਂਕ ਸਾਨੂੰ ਕਿਵੇਂ ਦੇਗਾ, ਪਹਿਲਾਂ ਲਿਮਟਾਂ ਚੱਕੀਆਂ ਨੇ ਸਾਹਿਬ ਨੇ। ਤੇ ਇਹ ਬਿੱਲ ਦਾ ਬਿਲਕੁਲ ਵਿਰੋਧ ਕਰਨੇ ਆ ਅਸੀਂ। ਦੂਜੀ ਗੱਲ ਕਰੋ ਨੰਬਰ 2 ਦੇ, ਜਿਵੇਂ ਬੋਲਿਆ ਸਨੀ ਦਿਓਲ ਬੋਲਿਆ ਕਿ ਕਿਸਾਨੇ ਅਜੇ ਪੜ੍ਹੇ ਲਿਖੇ ਨਹੀਂ ਹੈਗੇ, ਇਹ ਅਨਪੜ੍ਹ ਨੇ। ਕੰਗਨਾ ਰਨੌਤ ਨੇ ਕਿਹਾ ਵੀ ਇਹ ਇੱਕ ਅੱਤਵਾਦੀ ਦਾ ਕੰਮ ਕਰਦੇ ਪਏ ਨੇ। ਮੈਂ ਕੰਗਨਾ ਰਨੌਤ ਨੂੰ ਇਹ ਪੁੱਛਣਾ ਚਾਹੁੰਦਾ ਵਾਂ, ਕੋਰੋਨਾ ਦੇ ਟਾਈਮ 'ਚ ਅੱਤਵਾਦੀ ਦਾ ਕੰਮ ਕਰਦੇ ਪਏ ਨੇ, ਜਦੋਂ ਪਿੱਛੇ ਤੇਰਾ ਵਿਵਾਦ ਛਿੜਿਆ ਸੀ ਤੂੰ ਨਾਲ ਆਰਐਸਐਸ ਨਾਲ, ਤੂੰ ਨਾਲ 15-20-30 ਤੇਰੇ ਨਾਲ ਬੋਡੀਗਾਰਡ ਹੁੰਦੇ ਸਨ, ਚੈਨ ਬਣਾ ਕੇ ਹੱਥਾਂ 'ਚ ਹੱਥ ਫੜ ਕੇ ਚੈਨ ਬਣਾ ਕੇ ਚੱਲਦੇ ਸਨ, ਉਦੋਂ ਕੀ ਕੋਰੋਨਾ ਨਹੀਂ ਸੀ ਫੈਲਦਾ ਤੇ ਉਦੋਂ ਤੇਰੇ ਨਾਲ ਕੋਰੋਨਾ ਖਤਮ ਹੋ ਗਿਆ ਸੀ। ਮੈਂ ਤੁਹਾਨੂੰ ਚਾਰਾਂ ਨੂੰ ਇੱਕ ਚੈਲੰਜ ਦੇਣਾ ਵਾਂ, ਮੈਂ ਵੀ ਕਿਸਾਨ ਦਾ ਪੁੱਤਰ ਹਾਂ, ਮੈਂ ਤੁਹਾਨੂੰ ਕਹਿੰਦਾ ਵੀ ਇੱਕ ਸਾਲ ਤੁਸੀਂ ਆਪਣੀ ਫਿਲਮ ਲੈਣ, ਰਾਜਨੀਤੀ ਲੈਣ ਛੱਡ ਕੇ ਪਿੰਡਾਂ ਜਾਓ। ਸਾਰੇ ਕਿਸਾਨ ਬੈਠੇ ਨੇ, 5-5 ਕਿੱਲੇ ਤੁਹਾਨੂੰ ਦਿੰਦੇ ਆ, ਤੁਹਾਨੂੰ ਅਸੀਂ, ਤੁਸੀਂ ਆਓ ਸਾਡੇ ਪਿੰਡਾਂ 'ਚ, ਤੁਹਾਨੂੰ ਅਸੀਂ ਦਿੰਦੇ ਹਾਂ 5-5 ਕਿੱਲੇ ਇੱਕ ਇੱਕ ਸਾਲ ਲਈ ਫ੍ਰੀ। ਤੁਸੀਂ ਚਾਰੇ ਬੰਦੇ ਆਪਣਾ ਪਰਿਵਾਰ ਲੈ ਕੇ ਆ ਜਾਓ, 5 ਕਿੱਲਿਆਂ ਤੋਂ ਕਮਾਈ ਕਰਕੇ ਬੱਚੇ ਪੜਾਓ, ਲਗਜ਼ਰੀ ਲਾਈਫ ਜੀਂਦੇ ਹੋ, ਲਗਜ਼ਰੀ ਜੀਓ, ਦਿਹਾੜੀਦਾਰ ਵਾਲੀ ਜੀਓ, ਜਿਵੇਂ ਮਰਜ਼ੀ ਜੀਓ, ਤੁਹਾਨੂੰ ਪਿੱਛੋਂ ਪੈਸਾ ਕੋਈ ਨਹੀਂ ਮਿਲੇਗਾ, ਤੁਹਾਡਾ ਪਿਛਲਾ ਕਾਰੋਬਾਰ ਬੰਦ। ਤੁਸੀਂ ਉਹਨਾਂ 5 ਕਿੱਲਿਆਂ 'ਚ ਬੀਜੋ ਸਬਜ਼ੀ, ਬੀਜੋ ਕਣਕ, ਬੀਜੋ ਮੁੰਜੀ, ਭਾਵੇਂ ਜਿੱਥੇ ਮਰਜ਼ੀ ਸਟੇਟ 'ਚ ਵੇਚੋ, ਕੋਸ਼ ਕਰੋ, ਬਿਮਾਰੀਆਂ ਦਾ ਇਲਾਜ ਕਰਾਓ। ਜੇ ਤੁਸੀਂ 5 ਕਿੱਲਿਆਂ 'ਚ ਚੀਜ਼ 'ਤੇ ਪਾਸ ਹੋ ਜਾਂਦੇ ਹੋ, ਅਸੀਂ ਇਸ ਬਿੱਲ ਦਾ ਵਿਰੋਧ ਕਰਨਾ ਛੱਡ ਦਿਆਂਗੇ। ਜੇ ਤੁਸੀਂ ਇਸ 5 ਕਿੱਲਿਆਂ 'ਤੇ ਨਾ ਖਰਚਾ ਚਲਾ ਸਕੇ, ਫਿਰ ਤੁਹਾਨੂੰ ਹਾਰ ਮੰਨਣੀ ਪੈਣੀ, ਤੁਹਾਨੂੰ ਕਿਸਾਨਾਂ ਦੇ ਕੋਲ ਆ ਕੇ ਮਾਫ਼ੀ ਮੰਗਣੀ ਪੈਣੀ ਹੈ। ਬੱਚੇ ਵੀ ਵਿਆਹਣੇ, ਇਹਦੇ ਵਿੱਚ ਮੱਦੇਨਜ਼ਰ ਰੱਖਣਾ ਪਏਗਾ, ਤੁਸੀਂ ਬੱਚਾ ਵਿਆਹਣਾ, ਤੁਸੀਂ ਬੱਚਿਆਂ ਨੂੰ ਪੜ੍ਹਾਉਣਾ, ਘਰ ਦੇ ਵਿੱਚ ਕੋਈ ਵੱਡੀ ਮਹਾਰਾਜ ਨਾ ਕਰੇ, ਕੋਈ ਵੱਡੀ ਰੋਗ ਬਿਮਾਰੀ ਜਾਂ ਰੋਗ ਆਉਂਦਾ ਪਿਆ, ਤੁਸੀਂ ਉਹਦਾ ਸਾਹਮਣਾ ਵੀ ਕਰਨਾ ਹੈ। ਤੇ 5 ਕਿੱਲਾ ਤੁਸੀਂ ਕਰਕੇ ਵਿਖਾਓ, ਫਿਰ ਤੁਹਾਨੂੰ ਇੱਕ ਆੜਤੀ ਦੀ ਵੈਲਿਊ ਪਤਾ ਲੱਗੇਗੀ, ਇੱਕ MSP ਰੇਟ ਦਾ ਜਿਹੜਾ ਫਿਕਸ ਰੇਟ ਪ੍ਰਾਈਜ਼ ਹੁੰਦਾ ਉਹਦਾ ਤੁਹਾਨੂੰ ਫਿਰ ਪਤਾ ਲੱਗੇਗਾ। ਕੋਠੀਆਂ 'ਚ ਬਹਿ ਕੇ, ਕਰੋੜਾਂ ਅਰਬਾਂ ਦੀ ਇਨਕਮ ਹੈ ਤੁਹਾਡੀ, ਕੋਠੀਆਂ 'ਚ ਬਹਿ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਇਹਨਾਂ ਦਾ ਹੱਕ ਨਹੀਂ ਬਣਦਾ ਮੁੱਦੇ ਤੇ ਬੋਲਣਾ। ਤੁਸੀਂ ਇੱਕ ਬੀਜੇਪੀ ਦੇ ਟੱਟੂ ਬਣੇ ਕੇ ਗੱਲਾਂ ਕਰਦੇ ਹੋ, ਤੁਹਾਡਾ ਫਰਜ਼ ਹੈ ਤੁਸੀਂ ਸਿਰਫ ਜਿੱਤ ਕੇ ਜਾ, ਤੁਸੀਂ ਸਨੀ ਦਿਓਲ ਇੱਕ ਆਇਆ 4 ਦਿਨ ਆਇਆ ਲੋਕਾਂ 'ਚ ਤਾਇਆ, ਤੂੰ ਜਿਤਾਉਣ ਦਾ ਕੀ ਲੋਕਾਂ ਨੂੰ ਨਾਮ ਦੇਣਾ ਪਿਆ, ਕੰਮ ਤੇ ਤੂੰ ਕੀ ਕਰਨੇ ਨੇ, ਉਲਟਾ ਤੂੰ ਕਿਸਾਨਾਂ ਤੇ ਚੱਲਦਾ ਪਿਆ। ਇਹ ਬੰਦੇ, ਇਹਨਾਂ ਦਾ ਪਹਿਲੀ ਗੱਲ ਬੋਲਣ ਦਾ ਫਰਜ਼ ਹੀ ਨਹੀਂ ਹੈਗਾ, ਬੇਬੁਨਿਆਦੀ ਗੱਲਾਂ ਕਰਦੇ ਨੇ। ਇਹਨਾਂ ਨੂੰ ਚੈਲੰਜ ਹੈ ਸਾਡੇ ਪਿੰਡਾਂ 'ਚ ਆਉਣ, ਅਸੀਂ ਠੇਕਾ ਵੀ ਨਹੀਂ ਲੈਂਦੇ, 5-5 ਕਿੱਲੇ ਅਸੀਂ ਇਹਨਾਂ ਨੂੰ ਦੇਵਾਂਗੇ ਪਹਿਲੀ। ਇਹ 5 ਸਾਲ ਦੇ ਵਿੱਚ 5 ਕਿੱਲਿਆਂ ਕਮਾਈ ਕਰਕੇ ਵਿਖਾ ਦੇਣ, ਆਪਣਾ ਘਰ ਚਲਾ ਕੇ ਵਿਖਾ ਦੇਣ, ਅਸੀਂ ਉਸ ਬਿੱਲ ਬਾਰੇ ਬੋਲਾਂਗੇ ਨਹੀਂ, ਅਸੀਂ ਉਹ ਬਿੱਲ ਮੰਨ ਲਾਂਗੇ। ਰਹੀ ਨੰਬਰ 2 ਤੇ ਗੱਲ, ਮੇਰੇ ਕਿਸਾਨ ਵੀਰਾਂ ਨੂੰ, ਯੂਥ ਨੂੰ ਬੇਨਤੀ ਹੈ ਵੀ ਵੀਰ ਮੇਰਿਓ, ਤੁਸੀਂ ਆਪਣੀਆਂ ਪਾਰਟੀਆਂ ਬਾਜ਼ੀ ਛੱਡ ਕੇ, ਲੀਡਰਾਂ ਨੂੰ ਛੱਡ ਕੇ, ਤੁਸੀਂ ਇੱਕ ਕਿਸਾਨ ਯੂਨੀਅਨ ਦੇ ਨਾਲ ਜੁੜੋ। ਲੀਡਰਾਂ ਨਾਲ ਤਾਂ ਆਪਾਂ ਬੜੇ ਚਿਰ ਦੇ ਜੁੜੇ ਹਾਂ,
ਸੋ ਆਪਾਂ ਚੱਲਦਾ ਰਹਿੰਦਾ ਸਾਰੀਆਂ ਪਾਰਟੀਆਂ ਜੁੜੇ ਰਹੋ ਲੇਕਿਨ ਇਸ ਕੰਮ ਚ ਇਕੱਠੇ ਹੋ ਇਸ ਕੰਮ ਦੇ ਵਿੱਚ ਤੁਸੀਂ ਪਾਰਟੀ ਕਿਸ ਦਸਤਰਾ ਨਾਲ ਲਵੋ ਤੇ ਨਾ ਕਿਸੇ ਪਾਰਟੀ ਨਾਲ ਚੱਲੋ ਤੁਸੀਂ ਇੱਕ ਕਿਸਾਨਾਂ ਦੇ ਨਾਲ ਕਿਸਾਨਾਂ ਦਾ ਮੁੱਦਾ ਤੇ ਕਿਸਾਨਾਂ ਦੇ ਨਾਲ ਹੀ ਚੱਲੋ ਇੱਥੇ ਵਿੱਚ ਆਪਣਾ ਕੋਈ ਪਾਰਟੀ ਸਾਥ ਨਹੀਂ ਦਿੰਦੀ ਪਈ ਤੁਸੀਂ ਸਿਰਫ ਕਿਸਾਨਾਂ ਦੇ ਨਾਲ ਤੁਰੋ ਕੱਲ ਨੂੰ 25 ਤਰੀਕ ਹੈ ਤੇ ਤੁਸੀਂ ਠੋਕ ਕੇ ਧਰਨੇ ਦਿਓ ਤੇ ਵੈਗਰੂ ਚੜ੍ਹਦੀ ਕਲਾ ਕਰੇਗਾ ਤੇ ਕੱਲ ਨੂੰ ਇਹ ਵੀ ਗੱਲ ਹੋ ਸਕਦੀ ਹੈ ਬਾਹਰ ਬੈਠੇ ਵੀ ਲੱਗੇ ਨੇ ਵੀ ਕਰਨ ਗੱਲਾਂ ਕਰਨ ਸਾਡੇ ਪਰਿਵਾਰ ਸਾਰੇ ਨਾਲ ਨੇ ਵੱਧ ਚੜ ਕੇ ਜਾਂਦੇ ਨੇ ਧਰਨਿਆਂ ਦੇ ਵਿੱਚ ਵੀ ਅਗਾਂਹ ਵੀ ਜਾਂਦੇ ਰਹਿਣਗੇ ਜਿੱਥੇ ਲੋੜ ਪਏਗੀ ਤੇ ਮੈਂ ਤੇ ਇਹ ਹੀ ਕਹਿਣਾ ਵਾ ਵੀ ਸਾਰੇ ਇਕੱਠੇ ਹੋ ਜਾਓ ਇੱਕਜੁੱਟ ਹੋ ਜਾਓ ਕੋਈ ਪਾਰਟੀਆਂ ਨਾ ਵੇਖੋ ਸਾਰੇ ਪਾਰਟੀਆਂ ਨਾਲ ਜੁੜੇ ਨੇ ਸਾਰੇ ਇੱਥੇ ਬੈਠੇ ਨੇ ਲੇਕਿਨ ਇਸ ਮੁੱਦੇ ਦੇ ਸਾਰੇ ਇਕੱਠੇ ਹੋ ਜਾਓ ਪਾਰਟੀ ਤੋਂ ਬਾਹਰ ਨਿਕਲ ਕੇ ਤੇ ਤੁਸੀਂ ਇਸ ਬਿੱਲ ਦਾ ਵਿਰੋਧ ਕਰੋ ਤੇ ਹਾਂ ਬਿਲਕੁਲ ਸਹੀ ਗੱਲ ਇੱਕ ਗੱਲ ਹੋ ਰਹੀ ਮੋਦੀ ਸਿਰਫ ਦੋ ਪਰਿਵਾਰ ਟਾਟਾ ਹੋ ਗਏ ਅਬਾਨੀ ਰੀ ਹੋ ਗਏ ਇਹਨਾਂ ਦੇ ਮਗਰ ਲੱਗੇ ਇਹਨਾਂ ਨੂੰ ਫਾਇਦਾ ਪਹੁੰਚਾਉਣ ਦਾ ਹਜ਼ਾਰਾਂ ਕਰੋੜਾਂ ਦਾ ਇਹਨੇ ਕਰਜ਼ਾ ਮਾਫ਼ ਕੀਤਾ ਜਦਕਿ ਉਹਦਾ ਚੌਥਾ ਹਿੱਸਾ ਸਿਰਫ ਕਿਸਾਨਾਂ ਦਾ ਕਰਜ਼ਾ ਟੋਟਲ ਇੰਡੀਆ ਦੇ ਵਿੱਚ ਬਣਦਾ ਸੀ ਚੌਥਾ ਹਿੱਸਾ ਹੀ ਦਿੰਦਾ ਕਿਸਾਨਾਂ ਨੂੰ ਸਾਰੇ ਕਿਸਾਨ ਖੁਸ਼ਹਾਲ ਹੋ ਜਾਂਦੇ ਸਿਰਫ ਦੋ ਪਰਿਵਾਰਾਂ ਦੇ ਇਹਨੇ ਕਰਜ਼ਾ ਕਰੋੜਾਂ ਅਰਬਾਂ ਹਿਸਾਬ ਨਾਲ ਮਾਫ਼ ਕਰਕੇ ਤੇ ਉਹ ਹੁਣ ਵੀ ਉਹਨਾਂ ਦੋਵਾਂ ਪਰਿਵਾਰਾਂ ਨੂੰ ਉੱਤੇ ਚੁੱਕਣ ਦੀ ਕੋਸ਼ਿਸ਼ ਕਰਦਾ ਰਾਸ਼ਟਰ ਨਿਰਮਾਣ ਦੀ ਜਾਣਕਾਰੀ ਕੇ ਲਈ ਗਰਾਊਂਡ ਮੀਡੀਆ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਸ਼ੇਅਰ ਕਰੇ।